ਸ਼ਾਹਕੋਟ ਜ਼ਮੀਨੀ ਚੋਣ ਅਕਾਲੀ ਦਲ ਅਤੇ ਕਾਂਗਰਸ ਦੇ ਲਈ ਸਾਖ ਦੀ ਚੋਣ ਸੀ। ਇਹੀ ਕਾਰਨ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਇਸ ਚੋਣ ਮੁਹਿੰਮ ਦੀ ਕਮਾਨ ਸੰਭਾਲੀ। ਲੇਕਿਨ ਅੱਜ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ਾਹਕੋਟ ਦੇ ਲੋਕਾਂ ਨੇ ਆਪਣਾ ਵਿਧਾਇਕ ਲਾਡੀ ਸ਼ੇਰੋਵਾਲੀਆ ਨੂੰ ਚੁਣਿਆ ਅਤੇ ਅਕਾਲੀ ਦਲ ਨੂੰ 38,801 ਦੇ ਫਰਕ ਨਾਲ ਹਰਾਇਆ। ਭਾਵੇਂ ਕਿ ਚੋਣ ਤੋਂ ਪਹਿਲਾਂ ਲਾਡੀ ਸ਼ੇਰੋਵਾਲੀਆ ਦੀ ਵੀਡੀਓ ਵਾਇਰਲ ਹੋਈ, ਲੇਕਿਨ ਉਸ ਵੀਡੀਓ ਦਾ ਅਸਰ ਇਸ ਚੋਣ ਉੱਤੇ ਵੇਖਣ ਨੂੰ ਨਹੀਂ ਮਿਲਿਆ। ਉੱਥੇ ਹੀ ਆਮ ਆਦਮੀ ਪਾਰਟੀ ਨੂੰ ਕੁਝ ਖਾਸ ਵੋਟਾਂ ਨਹੀਂ ਮਿਲ ਸਕੀਆਂ।